ਸੋਮਾਲੀ ਕਜ਼ਾਕਾਂ ਦੀ ਕੈਦ ਵਿੱਚੋਂ ਡਾ ਮਹੀਨਿਆਂ ਤੋਂ ਬਾਅਦ ਰਿਹਾਈ ਪਾਵਨ ਵਾਲੇ 4 ਪਾਕਿਸਤਾਨੀਆਂ, 6 ਭਾਰਤੀ, 11 ਮਿਸਰੀ ਅਤੇ 1 ਸ੍ਰੀਲੰਕਨ ਸਮੇਤ 22 ਮਗਵੀ ਖੈਰੋ ਆਫੀਅਤ ਨਾਲ ਪਾਕਿਸਤਾਨ ਪੁੱਜ ਗਏ। ਐਮਵੀ ਸਵਾਇੰਸ ਦੇ ਇਨ੍ਹਾਂ 22 ਕਰੂ ਮੈਂਬਰਸ ਦੇ ਪਾਕਿਸਤਾਨ ਪੁੱਜਣ 'ਤੇ ਨਹਾਇਤ ਗਰਮਜੋਸ਼ੀ ਨਾਲ ਉਹਨਾਂ ਦਾ ਇਸਤਕਬਾਲ ਕੀਤਾ ਗਿਆ, ਜਿਨ੍ਹਾਂ 'ਚ ਗਵਰਨਰ ਸਿੰਘ ਡਾਕਟਰ ਇਸ਼ਤੁਲ ਇਬਾਦ, ਪਾਕ ਬਹਿਰੀਆ ਦੇ ਕਮਾਂਡਰ ਐਡਮਿਰਲ ਨੁਮਾਨ ਬਸ਼ੀਰ, ਸਮਾਜੀ ਕਾਰਕੁਨ ਇਨਸਾਰ ਬਰਨੀ ਅਤੇ CPLC ਦੇ ਚੀਫ ਅਹਿਮਦ ਚਨਾਏ, ਇਨ੍ਹਾਂ ਕੋ PNS ਜ਼ੁਲਫਿਕਾਰ ਅਤੇ ਵੰਸ਼ 'ਤੇ ਰਿਸੀਵ ਕੀਤਾ। ਇਹ ਮੌਕੇ 'ਤੇ ਇੰਤਹਾਈ ਜਜ਼ਬਾਤੀ ਮਨਾਜ਼ਰ ਵੀ ਦੇਖਣੀ ਚਾਹੇ, ਜਿਹੜਾ ਜੋ ਗਵਰਨਰ ਹਾਊਸ ਵਿੱਚ ਮੁਨਕਦਾ ਤਕਰੀਬ ਵਿੱਚ ਦੂਜੇ ਮੁਲਕਾਂ ਦੇ ਅਹਿਲਕਾਰਾਂ ਕੋ ਉਹਨਾਂ ਦੇ ਸਫਾਰਤਖਾਨੇ ਦੇ ਹਵਾਲੇ ਕੀਤਾ ਗਿਆ। ਬੜੇ ਬੜੇ ਵਾਅਦੇ ਆਪ ਸੁਣਤੇ ਹੈ ਸਿਆਸਤਦਾਨੋਂ ਕੇ, ਬੜੇ ਬੜੇ ਦਾਅਵੇ ਸੁਣਤੇ ਹੈ ਆਪ ਸਿਆਸਤਦਾਨੋਂ ਕੇ, ਏਕ ਦੂਸਰੇ ਕੋ ਕਾਤਿਲ ਬਣਾਤੇ ਹੈ, ਔਰ ਜਬ ਮੁਫਾਦ ਹੋਤਾ ਹੈ ਤੋ ਇੱਕ ਟੇਬਲ ਪੇ ਬੈਠ ਕੇ ਨਾਸ਼ਤਾ ਕਰ ਰਹੇ ਹੋਤੇ ਹੈ। ਤੋ ਇਸ ਮੁਨਾਫਕਤ ਸੇ ਨਿਕਲ ਕੇ ਇਨਸਾਨੀ ਅਜ਼ਮਤ ਔਰ ਵਕਾਰ ਕੇ ਲੀਏ ਸਭ ਕੁਛ ਕਰਨਾ ਪੜੇਗਾ, ਤਬ ਇੱਕ ਪਾਕਿਸਤਾਨ ਪਾਕਿਸਤਾਨ ਬਣ ਪਾਏਗਾ। ਸੋਮਾਲੀ ਕਜ਼ਾਕਾਂ ਦੇ ਹੱਥਾਂ ਇਨ੍ਹਾਂ ਅਫਰਾਦ ਕੋ 2 ਅਗਸਤ 2012 ਕੋ ਅਗਵਾ ਕੀਤਾ ਗਿਆ ਹੈ, ਜਿਨ੍ਹਾਂ ਕੋ $21 ਲੱਖ ਤਾਵਾਨ ਅਦਾ ਕਰਨ ਤੋਂ ਬਾਅਦ ਇੰਤਹਾਈ ਕੋਸ਼ਿਸ਼ਾਂ ਤੋਂ ਬਾਅਦ ਰਿਹਾਅ ਕਰਾਇਆ ਗਿਆ। ਸਿਰਫ ਅੱਲਾਹ ਤਾਲਾ ਕੀ ਰਜ਼ਾ ਹਮਾਰੇ ਸਾਥ ਥੀ, ਔਰ ਗਵਰਨਰ ਸਿੰਘ ਡਾਕਟਰ ਇਸ਼ਤੁਲਇਬਾਦ ਖਾਨ ਕੀ ਅੰਤਕ ਮਿਹਨਤ ਹਮਾਰੇ ਸਾਥ ਥੀ, ਜਿਸ ਕੀ ਬੁਨਿਆਦ ਪੇ ਇਹ ਸਾਰਾ ਅਮਲ ਜੋ ਹੈ ਵੋ ਕਾਮਯਾਬੀ ਸੇ ਅਦਾ ਹੋ ਗਿਆ। ਇਹ ਮੌਕੇ 'ਤੇ 4 ਪਾਕਿਸਤਾਨੀਆਂ ਦੇ ਅਹਿਲੇ ਖਾਨਾ ਵੀ ਮੌਜੂਦ ਹਨ, ਜਿੱਥਾਂ ਇੰਤਹਾਈ ਜਜ਼ਬਾਤੀ ਮਨਾਜ਼ਰ ਦੇਖਣ ਕੋ ਮਿਲੇ। ਮੈਂ ਬਹੁਤ ਜ਼ਿਆਦਾ ਖੁਸ਼ ਹੋ ਰਹੀ ਹੈ ਕਿ ਮੈਂ ਆਪਣੇ ਬਾਬਾ ਸੇ ਮਿਲਾ, ਮੈਂ ਆਪਣੇ ਬਾਬਾ ਕੋ ਬਹੁਤ ਜ਼ਿਆਦਾ ਪਿਆਰ ਕੀਆ, ਬਹੁਤ ਸਾਰੇ ਪਿਆਰ ਕੀਆ। ਐਮਵੀ ਸਵਾਇੰਸ ਦੇ ਕੈਪਟਨ ਵਸੀਦ ਆਖਣ ਹੈ ਜੋ ਆਪਣੀ ਧਰਤੀ ਤੇ ਪੁੱਜਣ ਤੋਂ ਬਾਅਦ ਬਹੁਤ ਖੁਸ਼ ਹਨ, ਅਤੇ ਆਇੰਦਾ ਕਿਤੇ ਉਹ ਆਪਣੀ ਧੀ ਲੈਲਾ ਦੇ ਨਾਲ ਇਨਸਾਨੀ ਹਕੂਕ ਵਾਸਤੇ ਹੀ ਕੰਮ ਕਰੇ ਸਨ। ਮੈਂ ਇੱਕ ਪ੍ਰੋਗਰਾਮ ਚਲਾਉਣ ਵਾਲਾ ਹਾਂ ਲੈਲਾ ਕੋ ਲੈ ਕੇ, ਕਿਉਂਕਿ ਪੂਰੀ ਕੌਮ ਕੋ ਸੋਚਣਾ ਚਾਹੀਏ, ਲੈਲਾ ਨੇ ਪੂਰੀ ਕੌਮ ਕੋ ਮੁਤਹਿਦ ਕੀਆ, ਇੱਕ ਛੋਟੀ ਬੱਚੀ ਨੇ, ਹਮ ਇਸੀ ਕੰਮ ਕੇ ਲਈ ਆਗੇ ਬੜ ਰਹੇ। ਅੱਜ ਜਿਹੜਾ ਜਜ਼ਬਾ ਇੱਥੇ ਨਜ਼ਰ ਦਾ ਪਿਆ, ਇਹ ਮਿਲੀ ਦੀ ਪੂਰੀ ਕੌਮ ਕੋ ਅਸ਼ ਜ਼ਰੂਰਤ ਹੈ, ਅਤੇ ਭਾਰਤੀ ਰਿਹਾ ਕਰਾਉਣ ਤੋਂ ਬਾਅਦ ਪਾਕਿਸਤਾਨ ਨੇ ਭਾਈਚਾਰੇ ਦਾ ਜਿਹੜਾ ਸਬੂਤ ਦਿੱਤਾ, ਪਾਕਿਸਤਾਨੀ ਆਵਾਮ ਵੀ ਇਜ਼ਬੀ ਦੀ ਖਾਹਿਸ਼ਮੰਦ ਹੈ। ਕੈਮਰਾਮੈਨ ਜ਼ੈਨ ਅਲੀ ਦੇ ਨਾਲ ਜਾਵੇਦ ਹੁਸੈਨ, ਰੋਹਿਤ, ਕਰਾਚੀ।